ਮੇਰੇ ਮਮਾ ਜੀ 3 ਦਿਨ ਤੋਂ ਸੌ ਨਹੀਂ ਪਾਏ ਜਿਸ ਦਿਨ ਤੋਂ ਉਹਨਾਂ ਨੇ ਵੀਡੀਓ ਦੇਖੀ ਹੈ ਜੀ ਇਹਨਾਂ ਸਾਲ ਹੋ ਗਿਆ ਤੈਨੂੰ ਭੰਗ ਕਰਦੇ ਨੂੰ ਮੇਰੇ ਪਾਪਾ ਮੇਰੇ ਲਈ ਇੱਥੇ ਆਏ ਸੀ ਕਿ ਉਹਨਾਂ ਨੇ ਵੀਡੀਓ ਦੇਖ ਲਈਓ ਉਸੇ ਟਾਈਮ ਹੀ ਪਿੰਡ ਵਾਪਸ ਚਲੇ ਗਏ ਜੀ ਕਿ ਸਾਡੇ ਮਾਪਿਓ ਨਹੀਂਗੇ ਸੁਖਜਿੰਦਰ ਸਿੰਘ ਰੰਧਾਵਾ ਇਹ ਬਿਆਨ ਦਿੰਦੇ ਨੇ ਬੱਚਿਆਂ ਦੀ ਲੜਾਈ ਆ ਕਿ ਸਾਡੇ ਮਾਪਿਓ ਨਹੀਂ ਉਹਨਾਂ ਨੇ ਸਾਨੂੰ ਇਸ ਲਈ ਜਨਮ ਦਿੱਤਾ ਕਿ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਦੇ ਨਾਲ ਟੌਰਚਰ ਹੁੰਦਾ ਦੇਖਣ ਇਹ ਤੇਸ਼ ਵਾਸਤੇ ਕੋਈ ਜੰਗ ਜਿੱਤ ਕੇ ਆਈ ਜਿਹੜਾ ਇਹਨਾਂ ਨੂੰ ਥਾਪੜਾ ਦਿੱਤਾ ਜਾ ਰਿਹਾ ਪਰਵਾਨਾਗਰ ਸੱਚੀ ਗੱਲ ਤੇ ਕੋਈ ਨਹੀਂ ਮਾੜਾ ਮੁੰਡਾ ਬਣਦੀ ਕੀ ਇਹ ਵੀਡੀਓ ਤੋਂ ਬਾਅਦ ਉਹ ਆਪਣੇ ਬਿਆਨ ਤੇ ਖੜੇ ਨੇ ਕਿ ਉਹਨਾਂ ਨੂੰ ਇਹ ਚੀਜ਼ ਸ਼ੋਭਾ ਦਿੰਦੀ ਆ ਐਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋ ਕੇ 2023 ਸਾਲਾਂ ਦਾ ਮੁੰਡਾ ਹੈ ਇਹ ਨਾ ਲੜੂਗਾ ਹੋਰ ਇਹ ਲੜੂਗਾ ਇਹ ਕਹਿਣ ਦੀ ਬਜਾਏ ਵੀ ਬੱਚਾ ਆਪਾਂ ਲੋਕਾਂ ਦੇ ਨਾਲ ਲੜਨਾ ਨਹੀਂ ਲੋਕਾਂ ਦੇ ਹੱਕਾਂ ਲਈ ਲੜਨਾ ਲੋਕਾਂ ਨੂੰ ਇਨਸਾਫ ਦਿਵਾਉਣਾ ਤੇ ਉਸ ਤੋਂ ਇਲਾਵਾ ਉਹ ਥਾਪੜਾ ਦੇ ਰਿਹਾ ਇਹ ਕਹਿਣ ਦੀ ਬਜਾਏ ਗਜਿੰਦਰ ਰੰਧਾਵਾ ਦੇ ਜੇ ਆਪਦਾ ਬੇਟਾ ਉਸ ਜਗ੍ਹਾ ਉਹ ਥਾਂ ਤੇ ਮੇਰੀ ਥਾਂ ਤੇ ਥੱਲੇ ਹੁੰਦਾ ਕੀ ਉਹ ਫੇਰ ਕਹਿੰਦੇ ਬੱਚਿਆਂ ਦੀ ਲੜਾਈ ਹੈ ਜਿਸ ਤਰੀਕੇ ਨਾਲ ਮੇਰੇ ਨਾਲ ਕੁੱਟਮਾਰ ਹੋਈ ਹੈ ਜੀ ਇਹਦੇ ਇੱਕ ਉਸ ਤਰੀਕੇ ਦਾ ਠੁੱਡਾ ਪੈ ਜੇ ਇਹਦੇ ਤੋਂ ਬਰਦਾਸ਼ਤ ਨਹੀਂ ਹੋਊਗਾ ਜੀ ਮੈਂ ਤਾਂ ਫੇਰ ਵਹਿਗਰੂ ਦੀ ਕਿਰਪਾ ਨਾਲ ਚੱਲ ਗਿਆ ਜਾਨੋ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਮੇਰੇ ਸਿਰ ਦੇ ਵਿੱਚ ਠੁੱਡਾ ਭਾਰਤ ਜੋੜੋ ਯਾਤਰਾ ਨਹੀਂ ਜੀ ਇਹ ਹੱਡੀਆਂ ਤੋੜੋ ਯਾਤਰਾ ਲੈ ਕੇ ਆਇਆ ਉਹ ਹੱਬਾਤੀ ਦੀ ਦੁਕਾਨ ਛੱਡੋ ਇਹ ਗੁੰਡਾਗਰਦੀ ਦੀ ਦੁਕਾਨ ਹੈ ਜੀ ਇਹਨਾਂ ਨੇ ਮਾਰਨ ਦੀ ਕੋਈ ਕਸ਼ਰ ਨਹੀਂ ਛੱਡੀ ਪਰ ਵਾਹਿਗੁਰੂ ਦੀ ਕਿਰਪਾ ਰਹੀ ਹੈ ਜੀ ਇਸ ਗੁਰੂ ਦੇ ਸਿੰਘਾਂ ਮੈਂ ਫੇਰ ਵੀ ਇੱਕ ਵਾਰ ਵੀ ਸੀ ਨਹੀਂ ਕੀਤਾ ਮੈਂ ਫੇਰ ਵੀ ਇੱਕ ਵਾਰ ਵੀ ਇਹਨਾਂ ਦੇ ਅੱਗੇ ਹੱਥ ਨਹੀਂ ਬੰਨੇ ਇਹ ਕਿਸਵਿੰਦਰ ਸਿੰਘ ਰੰਧਾਵਾ ਨੂੰ ਦਿੱਤੀ ਹੋਈ ਹੈ ਜੀ ਉਹ ਉਹਨੇ ਆਪ ਦੇ ਬੇਟੇ ਦੇ ਨਾਲ ਸਿਕਿਉਰਿਟੀ ਗਾਰਡ ਇਸ ਵਾਸਤੇ ਲਾਏ ਹੋਏ ਆ ਕਿ ਉਹ ਲੋਕਾਂ ਦੇ ਨਾਲ ਜਾ ਕੇ ਗੁੰਡਾਗਰਦੀ ਕਰ ਲੈ ਮੈਂ ਤਾਂ ਜੀ ਖੁਦ ਅਪੀਲ ਕਰਦਾ ਵੀ ਅਗਰ ਤੁਸੀਂ ਛਿੱਤਰ ਨਹੀਂ ਖਾਣੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਆ ਤਾਂ ਆਮ ਲੋਕਾਂ ਕੋਲੇ ਇੱਕ ਹੀ ਹੱਲ ਰਹਿ ਗਿਆ ਡਿਵੈਲਪਡ ਕੰਟਰੀਆਂ ਦੇ ਵਿੱਚ ਜਾਣ ਦਾ ਕਿਉਂਕਿ ਜੀ ਇਹ ਤਾਂ ਕਲੀਅਰ ਕੱਟ ਗੁੰਡਾਗਰਦੀ ਹੈ ਸਟੇਜਾਂ ਤੋਂ ਗੁੰਡਾਗਰਦੀ ਹੋ ਰਹੀ ਹੈ ਸੁਖਜਿੰਦਰ ਰੰਧਾਵਾ ਆਪਣੇ ਬੇਟੇ ਦਾ ਸਾਥ ਦੇ ਰਹੇ ਨੇ 23 ਤਰੀਕ ਨੂੰ ਚੰਡੀਗੜ੍ਹ ਦੇ ਇੱਕ ਪੰਜ ਤਾਰਾ ਹੋਟਲ ਦੇ ਵਿੱਚ ਝਗੜਾ ਹੁੰਦਾ ਹੈ ਝਗੜਾ ਹੁੰਦਾ ਹੈ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦੇ ਪੁੱਤਰ ਉਦੇ ਵੀ ਰੰਧਾਵਾ ਦਾ ਨਰਵੀਰ ਗਿੱਲ ਉਹਨਾਂ ਦੇ ਨਾਲ ਹਾਲਾਂਕਿ ਪੁਲਿਸ ਕ੍ਰਾਸ ਐਫ ਆਈ ਆਰ ਕਰ ਚੁੱਕੀ ਹੈ ਪਰ ਅੱਜ ਜੋ ਵੀਡੀਓ ਨਰਵੀਰ ਗਿਲ ਉਹਨਾਂ ਦੇ ਵੱਲੋਂ ਪੇਸ਼ ਕੀਤੀ ਗਈ ਹੈ ਉਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਔਰ ਉਹ ਵੀਡੀਓ ਵੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕੋਈ ਪਾਵਰ ਦਾ ਇਸ ਤਰੀਕੇ ਨਾਲ ਮਿਸਯੂਜ਼ ਕਰ ਸਕਦਾ ਹੈ ਸਾਡੇ ਨਾਲ ਨਰਵੀਰ ਗਿਲੋਣੀ ਮੌਜੂਦ ਨੇ ਗੱਲਬਾਤ ਕਰਦੇ ਆ ਨਰਵੀਰ ਜਿਹੜੀ ਤੁਸੀਂ ਇਹ ਵੀਡੀਓ ਪੇਸ਼ ਕੀਤੀ ਹੈ ਇਹ ਵੀਡੀਓ ਉਸੇ ਦਿਨ ਦੀ ਹੈ ਔਰ ਇਹ ਵੀਡੀਓ ਕਿਸ ਵੱਲੋਂ ਬਣਾਈ ਗਈ ਸੀ ਔਰ ਇਹ ਵੀਡੀਓ ਦੇ ਵਿੱਚ ਜੋ ਵਿਅਕਤੀ ਨੀਚੇ ਨਜ਼ਰ ਆ ਰਿਹਾ ਹੈ ਜਿਸ ਦੇ ਕੱਪੜੇ ਉਤਾਰ ਦਿੱਤੇ ਗਏ ਫੜੇ ਗਏ ਨੇ ਔਰ ਕਟਮਾਰ ਹੋ ਰਹੀ ਹੈ ਕਿ ਉਹ ਤੁਸੀਂ ਹੋ ਬਿਲਕੁਲ ਜੀ ਇਹ ਵੀਡੀਓ ਉਸੀ ਦਿਨ ਰਾਤ ਦੀ ਜੀ ਜਦੋਂ ਮੈਂ ਹੋਟਲ ਦੇ ਵਿੱਚੋਂ ਭੱਜਿਆ ਤੇ ਇਹ ਆਪਣੀਆਂ ਕਾਰਾਂ ਲੈ ਕੇ ਮੇਰੇ ਮਗਰ ਭੱਜੇ ਜੀ ਇਹਨਾਂ ਨੇ ਮੈਨੂੰ ਸੈਕਟਰ 17 ਮਾਰਕੀਟ ਦੇ ਵਿੱਚ ਫੜ ਲਿਆ ਜੀ ਉਸ ਤੋਂ ਬਾਅਦ ਇਹਦੇ ਗਨਮੈਨ ਨੇ ਮੈਨੂੰ ਭੱਜ ਕੇ ਫੜਿਆ ਜੀ ਉਹਨਾਂ ਨੇ ਮੈਨੂੰ ਨੱਪ ਲਿਆ ਜੀ ਉਸ ਤੋਂ ਪਹਿਲਾਂ ਵੀ ਮੇਰੇ ਨਾਲ ਇਹਨਾਂ ਨੇ ਬਹੁਤ شدت ਕੀਤੀ ਫਿਰ ਇਹਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਜੀ ਉਸ ਵੀਡੀਓ ਦੇ ਥੱਲੇ ਮੈਂ ਆ ਜੀ ਇਹਦਾ ਜਿਹੜਾ ਗਨਮੈਨ ਨਾਲ ਸੀ ਉਹਨੇ ਮੈਨੂੰ ਫੜ ਰੱਖਿਆ ਤੇ ਉਹ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਜੀ ਕਿਸ ਤਰੀਕੇ ਦੇ ਨਾਲ ਉਹ ਵੀਡੀਓ ਦੇ ਵਿੱਚ ਮੇਰੀ ਕੁੱਟਮਾਰ ਕਰ ਰਿਹਾ ਜੀ ਮੈਨੂੰ ਇਹਨਾਂ ਨੇ ਮਾਰਨ ਦੀ ਕੋਈ ਕਸ਼ਰ ਨਹੀਂ ਛੱਡੀ ਪਰ ਵਾਹਿਗੁਰੂ ਦੀ ਕਿਰਪਾ ਰਹੀ ਹੈ ਜੀ ਗੁਰੂ ਦੇ ਸਿੰਘ ਆ ਮੈਂ ਫੇਰ ਵੀ ਇੱਕ ਵਾਰ ਵੀ ਸੀਨ ਨਹੀਂ ਕੀਤਾ ਮੈਂ ਫੇਰ ਵੀ ਇੱਕ ਵਾਰ ਵੀ ਇਹਨਾਂ ਦੇ ਅੱਗੇ ਹੱਥ ਨਹੀਂ ਬੰਨੇ ਕਿਉਂਕਿ ਮੈਂ ਗਲਤ ਨਹੀਂ ਸੀਗਾ ਜੀ ਮੈਂ ਮਨ ਦੇ ਵਿੱਚ ਧਾਰਿਆ ਵਿਆ ਸੀ ਕਿ ਆਪਣੇ ਨਾਲ ਰੱਬ ਆ ਜਿੰਨਾ ਕੁਛ ਇਹਨਾਂ ਤੋਂ ਹੁੰਦਾ ਇਹਨਾਂ ਨੂੰ ਕਰ ਲੈਣ ਦੋ ਵੀਡੀਓ 'ਚ ਨਜ਼ਰ ਸੁਣਾਈ ਵੀ ਦੇ ਰਿਹਾ ਕਿ ਉਹ ਕਹਿ ਰਿਹਾ ਕਿ ਐਸਪੀ ਮੁਹਾਲੀ ਨੂੰ ਬੁਲਾ ਲਓ ਐਸਐਸਪੀ ਮੁਹਾਲੀ ਨੂੰ ਬੁਲਾ ਲਓ ਤਾਂ ਕੀ ਚੰਡੀਗੜ੍ਹ ਦੇ ਵਿੱਚ ਲੜਾਈ ਹੋ ਰਹੀ ਸੀ ਤੁਹਾਨੂੰ ਮੁਹਾੜੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਬਿਲਕੁਲ ਜੀ ਮੈਂ ਜਿਸ ਤਰ੍ਹਾਂ ਪਿਛਲੀਆਂ ਇੰਟਰਵਿਊਆਂ ਦੇ ਵਿੱਚ ਕਿਹਾ ਇਹ ਮੈਨੂੰ ਥਾਣੇ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦੇ ਸੀ ਇਹ ਮੈਨੂੰ ਕਿਤੇ ਹੋਰ ਲੈ ਕੇ ਜਾਣਾ ਚਾਹੁੰਦੇ ਸੀ ਤੇ ਐਸਐਸਪੀ ਮਹੌਲੀ ਇਹ ਮੈਨੂੰ ਪੰਜਾਬ ਦੇ ਕਿਸੇ ਥਾਣੇ ਦੇ ਵਿੱਚ ਲਿਜਾ ਕੇ ਮੇਰੇ ਤੇ ਹੋਰ ਤਸ਼ੱਦਦ ਕਰਨਾ ਚਾਹੁੰਦੇ ਸੀ ਜੀ ਹੋਰ ਕ੍ਰਾਈਮ ਕਰਨਾ ਚਾਹੁੰਦੇ ਸੀ ਤੇ ਮੈਂ ਇੱਕ ਹੋਰ ਗੱਲ ਦੱਸ ਦੇਣਾ ਚਾਹਣਾ ਜੀ ਜਿਸ ਤਰੀਕੇ ਨਾਲ ਮੇਰੇ ਨਾਲ ਕੁੱਟਮਾਰ ਹੋਈ ਹੈ ਜੀ ਇਹਦੇ ਇੱਕ ਉਸ ਤਰੀਕੇ ਦਾ ਠੁੱਡਾ ਪੈ ਜੇ ਇਹਦੇ ਤੋਂ ਬਰਦਾਸ਼ਤ ਨਹੀਂ ਹੋਊਗਾ ਜੀ ਮੈਂ ਤਾਂ ਫੇਰ ਵੈਗਰੂ ਦੀ ਕਿਰਪਾ ਨਾਲ ਚੱਲ ਗਿਆ ਇਹਨਾਂ ਦੇ ਇੱਕ ਵੀ ਉਸ ਤਰੀਕੇ ਦਾ ਠੁੱਡਾ ਪੈ ਜੇ ਇਹਨਾਂ ਤੋਂ ਬਰਦਾਸ਼ਤ ਨਹੀਂ ਜੀ ਹੋਣਾ ਨਜ਼ਰ ਵੀ ਆ ਰਿਹਾ ਸਿਰ ਦੇ ਵਿੱਚ ਮਾਰੇ ਜਾ ਰਹੇ ਨੇ ਔਰ ਜੁੱਤੇ ਪਾਏ ਹੋਏ ਨੇ ਹਾਲਾਂਕਿ ਸ਼ਾਇਦ ਉਹ ਸਿਕਿਉਰਟੀ ਮੁਲਾਜ਼ਮ ਰੋਕ ਵੀ ਰਿਹਾ ਹੈ ਉਹਨੂੰ ਮਨਾ ਵੀ ਕਰ ਰਿਹਾ ਪਰ ਉਹ ਉਹਦੇ ਵੀ ਰੰਦਾਵਾ ਦੇ ਵੱਲੋਂ ਲਗਾਤਾਰ ਜਿਹੜੇ ਨੇ ਉਹ ਠੁੱਡੇ ਮਾਰੇ ਜਾ ਰਹੇ ਬਿਲਕੁਲ ਜੀ ਮੈਨੂੰ ਜਾਨੋਂ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਮੇਰੇ ਸਿਰ ਦੇ ਵਿੱਚ ਠੁੱਡਾ ਕਿੰਨੀ ਪਿੱਛੋਂ ਲੈ ਕੇ ਆ ਰਿਹਾ ਇਸਤੇ ਮਾਰ ਰਿਹਾ ਸੀ ਤੁਸੀਂ ਆਪਣੇ ਆਪ ਵੀ ਕਹਿ ਰਿਹਾ ਕਿ 3 ਸਾਲ ਹੋ ਗਏ ਤੈਨੂੰ ਸਮਝਾਉਂਦੇ ਨੂੰ ਜਾਂ ਕੁਝ ਕਹਿੰਦੇ ਨੂੰ ਕੀ ਗੱਲ ਹੈ ਉਹ ਕੀ ਉਹ 3 ਸਾਲ ਉਹੀ ਮੈਟਰ ਹੈ ਜਿਹੜਾ 2019 ਤੋਂ ਝਗੜੇ ਦਾ ਚੱਲਦਾ ਆ ਰਿਹਾ ਬਿਲਕੁਲ ਜੀ ਮੈਂ ਜਿਸ ਤਰੀਕੇ ਨਾਲ ਦੱਸਿਆ ਵੀ ਤਿੰਨਾਂ ਸਾਲਾਂ ਦੇ ਪਰੇਸ਼ਾਨ ਕਰੀ ਜਾਂਦੇ ਆ ਜੀ ਤਿੰਨਾਂ ਸਾਲਾਂ ਤੋਂ ਇਹਨੂੰ ਇਹ ਹੈ ਜੀ ਕਿ ਜਿਹੜੇ ਬੱਚੇ ਇੱਕ ਸਮਾਜ ਦੇ ਵਿੱਚ ਚੰਗੀ ਤਰ੍ਹਾਂ ਵਿਚਰਦੇ ਆ ਲੋਕਾਂ ਦੇ ਨਾਲ ਚੰਗਾ ਵਰਤਾਰ ਵਰਤਾਅ ਰੱਖਦੇ ਆ ਉਹ ਮੇਰੇ ਤੋਂ ਦਬਕੇ ਰਹਿਣ ਉਹ ਮੈਨੂੰ ਮਾਫੀਆਂ ਮੰਗਣ ਬਿਨਾ ਕਿਸੇ ਵਜ੍ਹਾ ਤੋਂ ਮੇਰੇ ਤੋਂ ਦਬਕੇ ਰਹਿਣ ਮੇਰੇ ਤੋਂ ਡਰ ਕੇ ਰਹਿਣ ਜੀ ਮੈਂ ਜੇ ਕੁਝ ਗਲਤ ਨਹੀਂ ਕੀਤਾ ਮੈਂ ਤਾਂ ਹੁਣ ਵੀ ਨਹੀਂ ਇਹਨਾਂ ਤੋਂ ਡਰਦਾ ਜੀ ਪਰ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਕਰਦਾ ਜੀ ਮੈਨੂੰ ਇਹਨਾਂ ਨੇ ਆ ਕਰ ਦੋ ਇਹਨਾਂ ਇਹਨਾਂ ਦੇ ਡਰ ਦੇ ਥੱਲੇ ਨਾ ਆਉ ਮੈਨੂੰ ਸਿਰਫ ਵੀਡੀਓ ਸੀਸੀਟੀਵੀ ਫੁਟੇਜ ਪਬਲੀਕਲੀ ਪ੍ਰੋਵਾਈਡ ਕਰ ਦੋ ਜੀ ਇਹ ਸ਼ਾਇਦ ਤੁਹਾਡਾ ਵੀ ਇਹ ਵੀਡੀਓ ਦੇਖ ਕੇ ਦਿਲ ਕਰੇ ਵੀ ਇਸ ਦੇ ਨਾਲ ੱਥਕਾ ਹੋਇਆ ਇੱਕ ਇਨਸਾਨੀਅਤ ਦੇ ਨਾਤੇ ਜੀ ਹਿਮਨਿਟੀ ਦੇ ਨਾਤੇ ਹਰ ਇਨਸਾਨ ਦੇ ਦਿਲ ਦੇ ਵਿੱਚ ਇਹ ਵੀਡੀਓ ਦੇਖ ਕੇ ਤਰਸ ਆ ਜਾਊਗਾ ਜੀ ਪੰਜਾਬ ਪੁਲਿਸ ਹਾਲਾਂਕਿ ਸਿਕਿਉਰਿਟੀ ਜਿਹੜੀ ਪ੍ਰੋਵਾਈਡ ਕਰਦੀ ਹੈ ਲੋਕਾਂ ਨੂੰ ਇਸ ਕਰਕੇ ਕਰਦੀ ਹੈ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਥ੍ਰੈਡ ਪਰਸੈਪਸ਼ਨ ਹੁੰਦੀ ਹੈ ਉਹਦੇ ਸਾਧ ਨਾਲ ਪ੍ਰੋਵਾਈਡ ਕਰਦੀ ਹੈ ਪਰ ਕੀ ਇਹ ਸਿਕਿਉਰਿਟੀ ਇਸ ਵਾਸਤੇ ਦਿੱਤੀ ਹੋਈ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਰਾਹ ਜਾਂਦੇ ਸੜਕ ਦੇ ਉੱਤੇ ਘੇਰ ਕੇ ਉਹਦਾ ਗਲਾ ਦਬਾ ਦਿਓ ਉਹਦੇ ਠੁੱਡੇ ਮਰਵਾਓ ਔਰ ਉਸ ਦੇ ਉੱਤੇ ਇਹੋ ਜਿਹਾ ਟਾਰਚਰ ਕਰੋ ਮੈਂ ਜੀ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ ਇਹ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੈ ਜੀ ਤੁਸੀਂ ਇਸ ਦੇ ਵਿੱਚ ਜਾਂਚ ਕਰਵਾਓ ਉਸ ਮੁਲਾਜ਼ਮ ਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਤੂੰ ਕੀ ਦੇ ਕਹਿਣ ਤੇ ਉਸ ਨੌਜਵਾਨ ਨੂੰ ਫੜਿਆ ਤੂੰ ਕਿਹਨੂੰ ਰੋਕ ਰਿਆ ਸੀਗਾ ਥੱਡੇ ਮਾਰਨ ਤੋਂ ਤਾਂ ਕਿ ਜੀ ਉਹ ਮੁਲਾਜ਼ਮ ਇਹਦੇ ਅਗੇਂਸਟ ਗਵਾਹੀ ਦੇਵੇ ਜੇ ਉਸਨੇ ਆਪਣੀ ਨੌਕਰੀ ਬਚਾਉਣੀ ਆ ਤਾਂ ਜੀ ਤੇ ਮੈਂ ਏਡੀਜੀਪੀ ਸਿਕਿਉਰਿਟੀ ਨੂੰ ਵੀ ਬੇਨਤੀ ਕਰਦਾ ਜੀ ਇਹਨਾਂ ਗੁੰਡਿਆਂ ਨੂੰ ਜਿਹੜੇ ਆਪਣੇ ਮੁਲਾਜ਼ਮਾਂ ਤੋਂ ਕੁੱਟਮਾਰ ਕਰਵਾਉਂਦੇ ਆ ਜੀ ਆਪਣੇ ਆਪ ਨੂੰ ਉਹ ਉਹਨਾਂ ਦਾ ਸਹਾਰਾ ਲੈਂਦੇ ਆ ਇੱਕ ਆਮ ਲੋਕਾਂ ਦੇ ਨਾਲ ਧੱਕਾ ਕਰਨ ਦਾ ਇਹਨਾਂ ਨੂੰ ਸਿਕਿਉਰਿਟੀ ਵਾਪਸ ਲਈ ਜਾਵੇ ਇਸ ਵਾਸਤੇ ਸਿਕਿਉਰਿਟੀ ਦਿੱਤੀ ਹੋਈ ਹੈ ਜੀ ਇਸ ਵਾਸਤੇ ਇਹ ਸਿਕਿਉਰਿਟੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤੀ ਹੋਈ ਹੈ ਜੀ ਉਹ ਉਹਨੇ ਆਪਦੇ ਬੇਟੇ ਦੇ ਨਾਲ ਸਿਕਿਉਰਿਟੀ ਗਾਰਡ ਇਸ ਵਾਸਤੇ ਲਾਏ ਹੋਏ ਆ ਕਿ ਉਹ ਲੋਕਾਂ ਦੇ ਨਾਲ ਜਾ ਕੇ ਗੁੰਡਾਗਰਦੀ ਕਰ ਲੈ ਲੋਕਾਂ ਦੇ ਨਾਲ ਕੁੱਟਮਾਰ ਕਰ ਲੈ ਸੁਖਜਿੰਦਰ ਰੰਧਾਵਾ ਦਾ ਬਿਆਨ ਵੀ ਆਇਆ ਉਹ ਕਹਿੰਦੇ ਕਿ ਦੋ ਬੱਚਿਆਂ ਦੀ ਲੜਾਈ ਹੈ ਕਹਿੰਦੇ ਇਸ ਨੂੰ মিডিਆ ਜ਼ਿਆਦਾ ਧੂਲ ਦੇ ਰਿਹਾ ਕਹਿੰਦੇ ਇਹ ਤਾਂ ਕਹਿੰਦੇ ਬੱਚਿਆਂ ਦੀ ਲੜਾਈ ਹੈ ਬੱਚੇ ਲੜਦੇ ਰਹਿੰਦੇ ਆ ਇਹ ਵੀਡੀਓ ਦੇਖ ਕੇ ਲੱਗਦਾ ਜੀ ਇਹ ਬੱਚਿਆਂ ਦੀ ਲੜਾਈ ਆ ਇਹ ਕੋਈ ਥੱਪੜ ਮੁੱਕੇ ਦੀ ਲੜਾਈ ਆ ਜੀ ਮੈਨੂੰ ਇਹਨਾਂ ਨੇ ਜਾਨੋਂ ਮਾਰਨ ਦੀ ਕਸਰ ਨਹੀਂ ਛੱਡੀ ਜੀ ਸੁਖਜੰਦਰ ਰੰਧਾਵਾ ਦੇ ਜੇ ਆਪਦਾ ਬੇਟਾ ਉਸ ਜਗ੍ਹਾ ਉਹ ਥਾਂ ਤੇ ਮੇਰੀ ਥਾਂ ਤੇ ਥੱਲੇ ਹੁੰਦਾ ਕੀ ਉਹ ਫੇਰ ਕਹਿੰਦੇ ਬੱਚਿਆਂ ਦੀ ਲੜਾਈ ਆ ਉਤੋਂ ਜਿਹੜੇ ਪ੍ਰਧਾਨ ਇਹਨਾਂ ਦੇ ਰਾਜਾ ਵੜਿੰਗ ਉਹ ਤਾਂ ਹੱਲਾਸ਼ੀਰੀ ਦੇ ਰਹੇ ਆ ਥੱਪੜਾ ਦੇ ਰਹੇ ਕਹਿੰਦੇ ਆਇਆ ਸਟੇਜ ਤੇ ਨੂੰ ਸ਼ਾਬਾਸ਼ੀ ਦਈਏ ਕਹਿੰਦਾ 23 ਸਾਲ ਦਾ ਮੁੰਡਾ ਲੜੂਗਾ ਤੇ ਹੋਰ ਕੌਣ ਲੜੂਗਾ ਇਹ ਦੇਸ਼ ਵਾਸਤੇ ਕੋਈ ਜੰਗ ਜਿੱਤ ਕੇ ਆ ਜੀ ਜਿਹੜਾ ਇਹਨਾਂ ਨੂੰ ਥੱਪੜਾ ਦਿੱਤਾ ਜਾ ਰਿਹਾ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨੂੰ ਨਹੀਂ ਰੋਕਿਆ ਤੇ ਉਹਨੂੰ ਗਨਮੈਨ ਦੇਤੇ ਹੋਏ ਆ ਇਹਨਾਂ ਨੇ ਦਿਲ ਦੇ ਵਿੱਚ ਇਹ ਗੱਲ ਬਣਾ ਲਈ ਹੋਈ ਆ ਵੀ ਆਪਾਂ ਆਮ ਲੋਕਾਂ ਨੂੰ ਕੁੱਟਣਾ ਆਮ ਲੋਕ ਇਹਨਾਂ ਦੇ ਵਾਸਤੇ ਸਿਰਫ ਕੀੜੇ ਮਕੌੜੇ ਨੇ ਜੀ ਇਹ ਕੁਝ ਨਹੀਂ ਸਮਝਦੇ ਇਹਨਾਂ ਨੂੰ ਇਹ ਲੱਗ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਕਿ ਸਾਡੇ ਕੋਲ ਪਾਵਰ ਆ ਗਈ ਆ ਅਸੀਂ ਲੋਕਾਂ ਨੂੰ ਮੁੱਲ ਲੈ ਲਿਆ ਹੋਇਆ ਅਸੀਂ ਲੋਕਾਂ ਦੇ ਨਾਲ ਜਿੰਨਾ ਮਰਜ਼ੀ ਧੱਕੇਸ਼ਾਹੀ ਕਰਦੇ ਰਹੀਏ ਮਹਤਾ ਜੀ ਸਿਰਫ ਇਹ ਕਹਿ ਰਿਹਾ ਹਾਂ ਤੁਸੀਂ ਇਸ ਚੀਜ਼ ਦੀ ਵੀ ਕਿਉਂਕਿ ਰਾਜਾ ਵੜਿੰਗ ਇੱਕ ਪੋਸ ਦੇ ਉੱਤੇ ਨੇ ਕਾਂਗਰਸ ਦੇ ਪ੍ਰਧਾਨ ਨੇ ਔਰ ਕੇਸ ਅਜੇ ਚੱਲ ਰਿਹਾ ਹੈ ਐਫ ਆਈ ਆਰ ਹਾਲਾਂਕਿ ਹੋ ਗਈ ਹੈ ਔਰ ਸ਼ਰੀਆਮ ਸਟੇਜ ਤੋਂ ਕਹਿ ਰਹੇ ਨੇ ਕਿ ਹੱਲਾ ਸ਼ੇਰੀ ਹੈ ਇੱਕ ਸਾਬਾਸ਼ੀ ਔਰ ਕਹਿੰਦੇ 23 ਸਾਲ ਦਾ ਮੁੰਡਾ ਲੜੂਗਾ ਤੇ ਹੋਰ ਕੌਣ ਲੜੂਗਾ ਮਹਤਾ ਜੀ ਰਾਜਾ ਵੜਿੰਗ ਨੂੰ ਤੁਹਾਡੇ ਥਰੂ ਵੀ ਤੁਹਾਨੂੰ ਕਹਿਣਾ ਵੀ ਉਹਨਾਂ ਨੂੰ ਪੁੱਛਿਓ ਕਿ ਇਹ ਵੀਡੀਓ ਤੋਂ ਬਾਅਦ ਉਹ ਆਪਣੇ ਬਿਆਨ ਤੇ ਖੜੇ ਨੇ ਕਿ ਉਹਨਾਂ ਨੂੰ ਇਹ ਚੀਜ਼ ਸ਼ੋਭਾ ਦਿੰਦੀ ਆ ਐਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋ ਕੇ ਉਹ ਇਹ ਕਹਿਣ ਦੀ ਬਜਾਏ ਵੀ ਬੱਚਾ ਆਪਾਂ ਲੋਕਾਂ ਦੇ ਨਾਲ ਲੜਨਾ ਨਹੀਂ ਲੋਕਾਂ ਦੇ ਹੱਕਾਂ ਲਈ ਲੜਨਾ ਲੋਕਾਂ ਨੂੰ ਇਨਸਾਫ ਦਿਵਾਉਣਾ ਤੇ ਉਸ ਤੋਂ ਇਲਾਵਾ ਉਹ ਥਾਪੜਾ ਦੇ ਰਹੇ ਆ ਇਹ ਕਹਿਣ ਦੀ ਬਜਾਏ ਕਿ ਰਾਜਾ ਵੜਿੰਗ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਨੂੰ ਵਡਾਵਾ ਦੇ ਰਹੇ ਆ ਉਸ ਤੋਂ ਜਿਹੜੇ ਆਵਾਜ਼ ਚੁੱਕਰੇ ਨੇ ਸਹਿਜਪਾਲ ਬਰਾੜ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਰਹੇ ਨੇ ਇੱਕ ਨੌਜਵਾਨ ਨੇ ਜੀ ਸਾਰੀ ਸੰਸਥਾ ਤੋਂ ਆਵਾਜ਼ ਚੱਕੀ ਜਿਹਨੂੰ ਜੀ ਉਹਦੇ ਨਾਲ ਜਿਹੜੀ ਵੀਡੀਓ ਨੇ ਸਾਬਤ ਕਰਤਾ ਵੀ ਸਹਿਜਪਾਲ ਬਰਾੜ ਗਲਤ ਨਹੀਂ ਸੀ ਅੱਜ ਵੀਡੀਓ ਨੇ ਬਿਲਕੁਲ ਪੁਸ਼ਟੀਕਰਨ ਕਰਤਾ ਹੋਇਆ ਜੀ ਸਹਿਜਪਾਲ ਬਰਾੜਿਕ ਸੱਚੇ ਇਨਸਾਨ ਦੇ ਨਾਲ ਖੜਾ ਜਿਹਦੇ ਨਾਲ ਸੱਚੀ ਧੱਕਾ ਹੋਇਆ ਉਹਨੂੰ ਇਹਨਾਂ ਨੇ ਪਾਰਟੀ ਚੋਂ ਬਾਹਰ ਕੱਢਤਾ ਹੋਇਆ ਜੀ ਮੈਂ ਤਾਂ ਇਹ ਪੂਰੀ ਕਾਂਗਰਸ ਤੇ ਸਵਾਲ ਚੱਕ ਰਿਆਂ ਜੀ ਰਾਹੁਲ ਗਾਂਧੀ ਨੂੰ ਕਹਿਣਾ ਚਾਹਣਾ ਕਿ ਸੁਖਜਿੰਦਰ ਰੰਧਾਵਾ ਜਿਹੜਾ ਆਪਣੇ ਬੇਟੇ ਨੂੰ ਰੋਕ ਨਹੀਂ ਪਾ ਰਿਆ ਉਹ ਹੋਰ ਕਿਤੇ ਗੁੰਡਾਗਰਦੀ ਕਿਵੇਂ ਰੋਕ ਲੂਗਾ ਉਹ ਸੁਖਜਿੰਦਰ ਰੰਧਾਵਾ ਦੀ ਸ਼ਹਿ ਤੇ ਪੁਲਿਸ ਨੂੰ ਧੱਕੇ ਮਾਰ ਰਿਆ ਪੁਲਿਸ ਨੂੰ ਕੁੱਟ ਲਿਆ ਆਮ ਲੋਕਾਂ ਨਾਲ ਧੱਕਾ ਕਰ ਰਿਆ ਕਿਸ ਨੂੰ ਪੁਲਿਸ ਨੂੰ ਕਿਸ ਨੂੰ ਧੱਕੇ ਮਾਰੇ ਸੀਸੀਟੀ ਮੈਚ 17 ਸੈਕਟਰ ਜਿਸ ਦਿਨ ਨੇ ਮੈਨੂੰ ਥਾਣੇ ਲੈ ਗਏ ਜੀ ਇਹਨਾਂ ਨੇ 17 ਸੈਕਟਰ ਪੁਲਿਸ ਨੂੰ ਧੱਕੇ ਮਾਰੇ ਪੁਲਿਸ ਨੂੰ ਗਾਲਾਂ ਕੱਢੀਆਂ ਉਹ ਉਹ ਵੀ ਮੈਂ ਜੀ ਚਾਹਣਾ ਵੀ ਸੈਟਿੰਗ ਹਾਈ ਕੋਰਟ ਜੱਜੋ ਮੈਟਰ ਦੇ ਵਿੱਚ ਦੇਖਣ ਤੇ ਉਹਦੀ ਪ੍ਰੂਵ ਹੋਵੇ ਉਹ ਵੀ ਕੈਮਰੇ ਰਿਜ਼ਰਵ ਕੀਤੇ ਜਾਣ ਪੁਲਿਸ ਇਹਨਾਂ ਤੋਂ ਧੱਕੇ ਖਾਣ ਵਾਸਤੇ ਹੈ ਜੀ ਤੇ ਮੈਂ ਜਿਹੜੀ ਰਾਹੁਲ ਗਾਂਧੀ ਨੂੰ ਕਹਿਣਾ ਚਾਹਣਾ ਉਹਨਾਂ ਨੂੰ ਅਪੀਲ ਕਰਨਾ ਚਾਹਣਾ ਜੀ ਵੀ ਇਹ ਗੁੰਡੇ ਲੀਡਰ ਜਿਹੜੇ ਨੇ ਲੀਡਰ ਉਹ ਤਾਂ ਕਹਿੰਦੇ ਮੁਹੱਬਤ ਦੀ ਦੁਕਾਨ ਅਸੀਂ ਲੈ ਕੇ ਆਵਾਂਗੇ ਉਸ ਨਾਲ ਸਭ ਨੂੰ ਜੋੜਾਂਗੇ ਅਸੀਂ ਭਾਰਤ ਜੋੜੋ ਯਾਤਰਾ ਵੀ ਕਰ ਰਹੇ ਨੇ ਇਹ ਪਰ ਉਹਦਾ ਕੋਈ ਅਸਰ ਨਜ਼ਰ ਤਾਂ ਨਹੀਂ ਆਉਂਦਾ ਇਹ ਭਾਰਤ ਜੋੜੋ ਯਾਤਰਾ ਨਹੀਂ ਜੀ ਇਹ ਹੱਡੀਆਂ ਤੋੜੋ ਯਾਤਰਾ ਲੈ ਕੇ ਆ ਰਹੀ ਹੈ ਮੁਹੱਬਤ ਦੀ ਦੁਕਾਨ ਛੱਡੋ ਇਹ ਗੁੰਡਾਗਰਦੀ ਦੀ ਦੁਕਾਨ ਹੈ ਜੀ ਇਹ ਗੁੰਡਾ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਰਾਹੁਲ ગાંધી ਤੱਕ ਹੋ ਸਕਦਾ ਜੀ ਇਹ ਆਵਾਜ਼ ਨਾ ਪਹੁੰਚੀ ਹੋਵੇ ਕਿਉਂਕਿ ਉਹਨਾਂ ਦੇ ਇੱਕ ਯੂਥ ਕਾਂਗਰਸ ਦੇ ਮੈਂਬਰ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਹੋਊਗੀ ਵੀ ਥੱਕਾ ਹੋਇਆ ਅਗਰ ਨਹੀਂ ਪਹੁੰਚੀ ਤਾਂ ਜੀ ਉਹ ਲੋਕਾਂ ਦੀ ਆਵਾਜ਼ ਨਹੀਂ ਸੁਣ ਬਿਟਨ ਕੰਪਲੇਂਟ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਭੇਜ ਰਹੇ ਹਾਂ ਬਿਲਕੁਲ ਜੀ ਮੈਂ ਰਾਹੁਲ ਗਾਂਧੀ ਜੀ ਨੂੰ ਲਿਟਰਨ ਕੰਪਲੇਂਟ ਪਾਤੀ ਹੋਈ ਹੈ ਜੀ ਅਗਰ ਰਾਹੁਲ ਗਾਂਧੀ ਇਸ ਦੇ ਵਾਸਤੇ ਨਹੀਂ ਕੋਸ਼ਿਸ਼ ਕਰ ਰਹੇ ਇਹਦਾ ਮਤਲਬ ਵੀ ਉਹ ਵੀ ਇਸ ਚੀਜ਼ ਨੂੰ ਐਨਡੋਰਸ ਕਰਦੇ ਨੇ ਜੀ ਉਹ ਵੀ ਗੁੰਡਾਗਰਦੀ ਨੂੰ ਪ੍ਰਮੋਟ ਕਰਦੇ ਨੇ ਤੇ ਉੱਪਰੋਂ ਪੰਜਾਬ ਦੇ ਵਿੱਚ ਗੁੰਡਾਗਰਦੀ ਬਹੁਤ ਹੋ ਗਈ ਹੈ ਹੁਣ ਰਾਜਸਥਾਨ ਦੇ ਵਿੱਚ ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਉੱਥੇ ਇੰਚਾਰਜ ਲਾ ਕੇ ਮਹਤਾ ਜੀ ਹੁਣ ਮੇਰੀ ਤਾਂ ਸਿਰਫ ਇੱਕ ਫਰਿਆਦ ਭਗਵੰਤ ਸਿੰਘ ਮਾਨ ਤੱਕ ਹੈ ਜੀ ਵੀ ਤੁਸੀਂ ਨੋ ਨੌਜਵਾਨਾਂ ਦੇ ਨਾਲ ਖੜੋ ਪੰਜਾਬ ਦੇ ਵਿੱਚ ਇਸ ਗੁੰਡਾਗਰਦੀ ਨੂੰ ਰੋਕੋ ਤੇ ਮੈਟਰ ਦੇ ਵਿੱਚ ਰੋਗ ਦੇਖ ਕੇ ਜੋ ਬਣਦੀ ਕਾਰਵਾਈ ਆ ਉਹ ਕਰਵਾਓ ਸੀਐਮ ਭਗਵੰਤ ਸਿੰਘ ਹਾਲਾਂਕਿ ਇਹ ਕਹਿ ਵੀ ਚੁੱਕੇ ਨੇ ਕਿ ਅਸੀਂ ਤਾਂ ਨੌਜਵਾਨਾਂ ਨੂੰ ਬਾਹਰ ਨਹੀਂ ਭੇਜਣਾ ਬਾਹਰੋਂ ਇੱਥੇ ਲੈ ਕੇ ਆਉਣਾ ਹੈ ਨਰਵੀਰ ਤੁਹਾਡੇ ਨਾਲ ਜੋ ਇਹ ਚੀਜ਼ਾਂ ਹੋਈਆਂ ਓਬਵੀਅਸ ਜੀ ਗੱਲ ਹੈ ਪਰਿਵਾਰ ਵੀ ਸਹਿਮ ਜਾਂਦਾ ਹੈ ਪਰਿਵਾਰ ਵੀ ਟੈਨਸ਼ਨ ਲੈਂਦਾ ਹੈ ਮਾਤਾ ਪਿਤਾ ਟੈਨਸ਼ਨ ਲੈਂਦੇ ਨੇ ਕਿ ਛੱਡ ਪੁੱਤ ਇਹ ਸਭ ਕੰਮ ਨਬੇੜ ਤੂੰ ਬਾਹਰ ਹੀ ਚਲਾ ਜਾ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਵੀ ਕੁਝ ਇਹ ਕਿਹਾ ਮੇਰੇ ਮਮਾ ਜੀ 3 ਦਿਨ ਤੋਂ ਸੌ ਨਹੀਂ ਪਾਏ ਜਿਸ ਦਿਨ ਤੋਂ ਉਹਨਾਂ ਨੇ ਵੀਡੀ ਮੇਰੇ ਪਾਪਾ ਮੇਰੇ ਲਈ ਇੱਥੇ ਆਏ ਸੀਗੇ ਉਹਨਾਂ ਨੇ ਵੀਡੀਓ ਦੇਖ ਲਈਓ ਉਸੇ ਟਾਈਮ ਹੀ ਪਿੰਡ ਵਾਪਸ ਚਲੇ ਗਏ ਜੀ ਕਿ ਸਾਡੇ ਮਾਪਿਓ ਨਹੀਂਗੇ ਸੁਖਜਿੰਦਰ ਸਿੰਘ ਰੰਧਾਵਾ ਇਹ ਬਿਆਨ ਦਿੰਦੇ ਨੇ ਬੱਚਿਆਂ ਦੀ ਲੜਾਈ ਆ ਕਿ ਸਾਡੇ ਮਾਪਿਓ ਨਹੀਂ ਉਹਨਾਂ ਨੇ ਸਾਨੂੰ ਇਸ ਲਈ ਜਨਮ ਦਿੱਤਾ ਕਿ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਦੇ ਨਾਲ ਟੌਰਚਰ ਹੁੰਦਾ ਦੇਖਣ ਮੈਂ ਤਾਂ ਜੀ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਹੁਣ ਤੱਕ ਤੇ ਅੱਗੇ ਵੀ ਵੈਗਰੂ ਇਸੇ ਤਰ੍ਹਾਂ ਹੀ ਬਣਾਈ ਰੱਖੇ ਮੈਂ ਆਈ ਵਾਸ ਪ੍ਰਾਊਡ ਟੂ ਬੀ ਇੰਡੀਅਨ ਬਟ ਟੂਡੇ ਮਾਈ ਹਾਰਟ ਕ੍ਰਾਈਜ਼ ਕਿ ਇਫ ਆਈ ਹੁਡ ਹੈਵ ਬੀਨ ਇਨ ਐਨੀ ਅਦਰ ਕੰਟਰੀ ਤਾਂ ਮੈਨੂੰ ਇਨਸਾਫ ਮਿਲਣਾ ਸੀਗਾ ਜੀ ਇਸ ਦੇ ਨਾਲ ਜੀ ਪੰਜਾਬ ਚੋਂ ਕਿਵੇਂ ਬੱਚਿਆਂ ਨੂੰ ਬਾਹਰ ਮੈਂ ਤਾਂ ਜੀ ਖੁਦ ਅਪੀਲ ਕਰਦਾ ਵੀ ਅਗਰ ਤੁਸੀਂ ਛਿੱਤਰ ਨਹੀਂ ਖਾਣੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਆ ਤਾਂ ਆਮ ਲੋਕਾਂ ਕੋਲੇ ਇੱਕ ਹੀ ਹੱਲ ਰਹਿ ਗਿਆ ਡਿਵੈਲਪਡ ਕੰਟਰੀਆਂ ਦੇ ਵਿੱਚ ਜਾਣ ਦਾ ਕਿਉਂਕਿ ਜੀ ਇਹ ਤਾਂ ਕਲੀਅਰ ਕੱਟ ਗੁੰਡਾਗਰਦੀ ਹੈ ਸਟੇਜਾਂ ਤੋਂ ਗੁੰਡਾਗਰਦੀ ਹੋ ਰਹੀ ਹੈ ਸੁਖਜਿੰਦਰ ਰੰਧਾਵਾ ਆਪਣੇ ਬੇਟੇ ਦਾ ਸਾਥ ਦੇ ਰਹੇ ਨੇ ਕੋਈ ਐਕਸ਼ਨ ਨਹੀਂ ਹੋ ਰਿਹਾ ਉਲਟਾ ਮੇਰੇ ਖਿਲਾਫ ਐਫ ਆਈ ਆਰ ਦਿੱਤੀ ਜਾ ਰਹੀ ਹੈ ਜੀ ਉਸ ਐਫਆਈਆ ਹੋਈ ਹੈ ਔਰ ਕਹਿੰਦੇ ਉਸ ਵੀ ਇੱਕ ਤਾਰਾ ਤੁਹਾਡੇ ਉੱਤੇ ਵੱਧ ਲੱਗ ਗਿਆ ਵੀ ਇੱਕ ਤਾਰਾ ਮੇਰੇ ਉੱਤੇ ਵੱਧ ਲਗਾਤੀ ਹੋਈ ਹੈ ਜੀ ਇਹ ਕੀ ਕਿੱਥੋਂ ਦਾ ਇਨਸਾਫ ਹੈ ਜੀ ਮੈਂ ਪੁਲਿਸ ਨੂੰ ਵੀ ਕਹਿਣਾ ਚਾਹਣਾ ਵੀ ਪਲੀਜ਼ ਡੋਨਟ ਸੇਵ ਦਾ ਸਕਿਨ ਆਫ ਲੀਡਰਸ ਹੂ ਆਰ ਨੋ ਲੈਸ ਦੈਨ ਕ੍ਰਿਮੀਨਲਸ ਇਹਨਾਂ ਨੂੰ ਨਾ ਬਚਾਓ ਥੋੜੇ ਵੀ ਬੱਚਿਆਂ ਨੇ ਇਸੇ ਸੁਸਾਇਟੀ ਦੇ ਵਿੱਚ ਵੱਡਾ ਹੋਣਾ ਥੋੜੀ ਜੀ ਰਹਿਮਦਿਲੀ ਤੇ ਇਨਸਾਨੀਅਤ ਦਿਖਾਓ ਇਹ ਜੀ ਬਿਲਕੁਲ ਇਨਹਿਊਮਨ ਆ ਇਹ ਮੈਨੂੰ ਨਹੀਂ ਲੱਗਦਾ ਕੋਈ ਇਨਸਾਨ ਇਹ ਵੀਡੀਓ ਨੂੰ ਦੁਬਾਰਾ ਦੇਖ ਸਕੂਗਾ ਜਿਉ ਲੈ ਕੇ ਤੁਸੀਂ ਐਸਐਸਪੀ ਕੋਲ ਵੀ ਗਏ ਚੰਡੀਗੜ੍ਹ ਦੇ ਐਸਐਸਪੀ ਨੂੰ ਵੀ ਤੁਸੀਂ ਇਹ ਵੀਡੀਓ ਦਿਖਾਈ ਉਹਨਾਂ ਦਾ ਕੀ ਕਹਿਣਾ ਸੀ ਉਸ ਦੇ ਉੱਤੇ ਕੀ ਟੇਕ ਸੀ ਉਹਨਾਂ ਦਾ ਪਰੇਸ਼ਾਨ ਤਾਂ ਉਹ ਵੀ ਹੋਏ ਹੋਣਗੇ ਦੇਖ ਕੇ ਵੀਡੀਓ ਵੀਡੀਓ ਦੇਖ ਕੇ ਜੋ ਉਹਨਾਂ ਦਾ ਨਜ਼ਰੀਆ ਸੀਗਾ ਜੀ ਵੀਡੀਓ ਦੇਖ ਕੇ ਉਹਨਾਂ ਦੇ ਇਮੋਸ਼ਨ ਤੋਂ ਤਾਂ ਇਹ ਲੱਗ ਰਿਹਾ ਸੀ ਉਹ ਬੜੇ ਪਰੇਸ਼ਾਨ ਹੋਏ ਦੇਖ ਕੇ ਵੀ ਇਹ ਬੱਚੇ ਨਾਲ ਕਿਸ ਤਰੀਕੇ ਨਾਲ ਹੋਇਆ ਜੀ ਪਰ ਮੈਨੂੰ ਇਨਸਾਫ ਤਾਂ ਫੇਰ ਹੀ ਮਿਲੂਗਾ ਜੀ ਜੇ ਕੋਈ ਐਕਸ਼ਨ ਲੈਣਗੇ ਤਾਂ ਵੀਡੀਓ ਤਾਂ ਹਰ ਇਨਸਾਨ ਨੂੰ ਹੀ ਪਰੇਸ਼ਾਨ ਕਰ ਰਹੀ ਹੈ ਜੀ ਮੈਨੂੰ ਹੁਣ ਤੱਕ ਪਰੇਸ਼ਾਨ ਕਰੀ ਜਾ ਰ ਇਤਾ ਜੀ ਇੱਕ ਵੀਡੀਓ ਆ ਵੀਡੀਓ ਤੋਂ ਪਹਿਲਾਂ ਵੀਡੀਓ ਤੋਂ ਬਾਅਦ ਮੇਰੇ ਨਾਲ ਕਿੰਨੀ ਤਸ਼ੱਦਦ ਹੋਈ ਉਹ ਮੈਂ ਹੀ ਜਾਣਦਾ ਜੀ ਇਹਨਾਂ ਨੇ ਮੈਨੂੰ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਵੀਡੀਓ ਵੀ ਵਾਇਰਲ ਉਧਰਲੇ ਪਾਸੋਂ ਉਹਦੇ ਵੀਰ ਵਾਲੇ ਪਾਸੋਂ ਹੀ ਹੋ ਰਹੀ ਹੈ ਉਸੇ ਦੇ ਫੋਨ ਤੋਂ ਹੀ ਇਹ ਵੀਡੀਓ ਬਣੀ ਹੈ ਜੀ ਉਹੋ ਹੀ ਅੱਗੇ ਭੇਜ ਰਿਆ ਮੇਰੀ ਬੇਇੱਜ਼ਤੀ ਕਰਨ ਨੂੰ ਜੀ ਮੈਂ ਤਾਂ ਉਹਦੇ ਤੇ ਡੈਫੇਮੇਸ਼ਨ ਦਾ ਵੀ ਕੇਸ ਪਾਉਣਾ ਪਾਊਗਾ ਜੀ ਕੋਰਟ ਨੂੰ ਕੋਰਟ ਦੇ ਵਿੱਚ ਜਾਵਾਂਗੇ ਕਿ ਇਹ ਮੈਨੂੰ ਡੀਫੇਮ ਕਰ ਰਿਹਾ ਜੀ ਇਹਨਾਂ ਨੇ ਸਾਰੀ ਜ਼ਿੰਦਗੀ ਵਾਸਤੇ ਉਹ ਵੀਡੀਓ ਕਲਿੱਪ ਬਣਾ ਕੇ ਰੱਖ ਲਈ ਹੋਈ ਹੈ ਜੀ ਮੈਨੂੰ ਮਜਬੂਰਾਂ ਨੂੰ ਮੀਡੀਆ 'ਚ ਲੈ ਕੇ ਆਉਣੀ ਪਈ ਕਿਉਂਕਿ ਮੇਰਾ ਕੋਈ ਕੇਸ ਦਾ ਹੱਲ ਨਹੀਂ ਹੋ ਰਿਹਾ ਸੀਗਾ ਜੀ ਤੁਸੀਂ ਕੋਰਟ 'ਚ ਵੀ ਜਾ ਰਹੇ ਹੋ ਇਸ ਵੀਡੀਓ ਨੂੰ ਲੈ ਕੇ ਇਸ ਕੇਸ ਨੂੰ ਤਾਂ ਲੈ ਕੇ ਕੋਰਟ ਦੇ ਵਿੱਚ ਹੀਅਰਿੰਗ ਚੱਲਣੀ ਚੱਲਣੀ ਹੈ ਬਟ ਇਸ ਵੀਡੀਓ ਨੂੰ ਵੀ ਕੀ ਤੁਸੀਂ ਐਜ਼ ਅ ਐਵਿਡੈਂਸ ਤੁਸੀਂ ਅੱਗੇ ਪੁਟ ਅਪ ਕਰ ਰਹੇ ਹੋ ਮੈਂ ਬਿਲਕੁਲ ਜੀ ਰੈਟ ਪਾ ਰਹੇ ਹਾਂ ਕੋਰਟ ਦੇ ਵਿੱਚ ਇਹ ਵੀ ਰੈਟ ਪਾ ਰਹੇ ਹਾਂ ਵੀ ਇਹਨਾਂ ਦੀ ਸਿਕਿਉਰਿਟੀ ਵੀ ਵਾਪਸ ਲਈ ਜਾਵੇ ਤੇ ਇਹ ਵੀ ਪਾ ਰਹੇ ਹਾਂ ਵੀ ਆਹ ਵੀਡੀਓ ਦੇ ਉੱਤੇ ਬਣਦਾ ਇਨਸਾਫ ਕੀਤਾ ਜਾਵੇ ਮੈਂ ਇਹ ਕਹਿ ਦੇਣਾ ਚਾਹਣਾ ਜੀ ਮੈਂ ਇੱਕ ਆਮ ਨੌਜਵਾਨ ਹਰ ਇੱਕ ਆਮ ਨੌਜਵਾਨ ਦੀ ਤਰ੍ਹਾਂ ਬਹੁਤ ਸੁਪਨੇ ਸੀਗੇ ਪੜ੍ਹ ਲਿਖ ਕੇ ਇੱਕ ਵਧੀਆ ਕੁਝ ਕਰਨ ਦਾ ਜ਼ਿੰਦਗੀ ਦੇ ਵਿੱਚ ਉਮੀਦ ਸੀ ਪਰ ਇਹਨਾਂ ਨੇ ਮੈਨੂੰ ਇਸ ਥਾਂ ਤੇ ਲਿਆ ਕੇ ਖੜਾ ਕਰਤਾ ਜਿੱਥੇ ਹੁਣ ਮੈਨੂੰ ਆਪਣੇ ਇਨਸਾਫ ਵਾਸਤੇ ਥਾਣਿਆਂ ਦੇ ਕਚਹਿਰੀਆਂ ਦੇ ਕੋਟਾਂ ਦੇ ਧੱਕੇ ਖਾਣੇ ਪੈਣੇ ਆ ਪਰ ਹੁਣ ਮੈਂ ਆਪਣਾ ਮਨ ਬਣਾ ਲਿਆ ਜੀ ਮੈਂ ਉਦੋਂ ਤੱਕ ਲੜਾਈ ਲੜੂੰਗਾ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਤੇ ਆਮ ਨੌਜਵਾਨਾਂ ਦੇ ਆਮ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਨਹੀਂ ਬੈਠ ਜਾਂਦੀ ਕਿ ਆਪਾਂ ਇਹਨਾਂ ਤੋਂ ਛੇਤਰਖਾਨਣ ਵਾਸਤੇ ਨਹੀਂ ਗਏ ਜੀ। ਬਈ ਵੀ ਇਫੈਕਟ ਹੋ ਰਹੀ ਹੋ ਗਿਆ ਮੂਮਨ ਜੀ ਕਹਿੰਦਾ ਜਦੋਂ ਇਹ ਜੱਜ ਸੀਨ ਚੱਲ ਰਿਹਾ ਹੋਵੇ ਕੇਸਿਸ ਪੈਗੇ ਹੋਣ ਪੜ੍ਹਾਈ ਦੇ ਉੱਤੇ ਵੀ ਬਹੁਤ ਅਸਰ ਪੈ ਰਿਹਾ। ਮੈਂ ਬਿਲਕੁਲ ਜੀ ਉਸ ਦਿਨ ਤੋਂ ਇੱਕ ਵੀ ਕਲਾਸ ਨਹੀਂ ਲਗਾਈ ਜੀ ਮੈਂ ਯੂਨੀਵਰਸਿਟੀ ਤੱਕ ਨਹੀਂ ਜਾ ਕੇ ਦੇਖਿਆ ਜੀ। ਤੇ ਮੈਂ ਤਾਂ ਜੀ ਆਵਾਜ਼ ਚੱਕਦਾ ਹੀ ਰਹੂੰਗਾ ਤੇ ਉਸ ਟਾਈਮ ਤੱਕ ਚੱਕੂੰਗਾ ਜਦੋਂ ਤੱਕ ਆਪਾਂ ਨੂੰ ਪਤਾ ਲੱਗ ਜੇ ਵੀ ਆਪਾਂ ਨੂੰ ਇਹਨਾਂ ਨੂੰ ਗੁੰਡਿਆਂ ਤੋਂ ਡਰਨ ਦੀ ਲੋੜ ਨਹੀਂ। ਮੈਂ ਹੁਣ ਵੀ ਕਹਿੰਦਾ ਜੂ ਦੇ ਵੀਰਨ ਦਾਵਾ ਨੇ ਮੇਰੇ ਨਾਲ ਬਹੁਤ ਕੁਝ ਕਰ ਲਿਆ। ਮ ਮੈਂ ਤਾਂ ਐਸਐਸਪੀ ਸਾਹਿਬ ਕੋਲੇ ਵੀ ਜਾ ਰਿਹਾ ਜੀ ਹਰ ਬੰਦੇ ਕੋਲ ਜਾ ਰਿਹਾ ਭਗਵੰਤ ਸਿੰਘ ਮਾਨ ਨੂੰ ਖਾਸ ਅਪੀਲ ਹੈ ਜੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਪਰ ਮੈਂ ਹੁਣ ਵੀ ਕਹਿ ਰਿਹਾ ਮੈਂ ਕੁਝ ਗਲਤ ਨਹੀਂ ਕਰਦਾ ਮੈਂ ਇਹਦੇ ਤੋਂ ਡਰਦਾ ਨਹੀਂ ਦੀ ਜਿੰਨੀਆਂ ਮਰਜ਼ੀ ਥਾਪੀਆਂ ਲੈ ਲਈ ਗੁੰਡਿਆਂ ਨੂੰ ਜਿੰਨੀਆਂ ਮਰਜ਼ੀ ਥਾਪੀਆਂ ਮਿਲ ਜਾਣ ਉਹਨਾਂ ਦਾ ਅਖੀਰੀ ਜ਼ੁਲਮ ਜਿੰਨਾ ਵੱਰਦੀ ਵੱਡਾ ਹੋ ਜੇ ਜੀ ਵੈਗਰੂ ਉਸ ਜ਼ੁਲਮ ਦਾ ਫੈਸਲਾ ਕਰੂਗਾ ਕੋਰਟ ਉਸ ਜ਼ੁਲਮ ਦਾ ਫੈਸਲਾ ਕਰਨਗੇ ਆਮ ਨੌਜਵਾਨ ਜਦੋਂ ਉਹਨਾਂ ਨੂੰ ਪਤਾ ਚੱਲੂਗਾ ਕਿ ਸਾਡੇ ਕੀ ਹੱਕ ਨੇ ਅਸੀਂ ਇਹਨਾਂ ਤੋਂ ਛਿੱਤਰ ਖਾਣ ਵਾਸਤੇ ਨਹੀਂ ਗਏ ਤਾਂ ਉਸ ਜ਼ੁਲਮ ਨੂੰ ਰੋਕ ਮਿਲੂਗੀ ਜੀ ਕਿਉਂਕਿ ਉਧਰਲੇ ਪਾਸਿਓ ਉਦੇ ਵੀਰ ਉਹਨਾਂ ਦੇ ਜਿਹੜੇ ਐਫ ਆਈ ਆਰ ਦਰਜ ਕਰਾਈ ਗਈ ਹੈ ਉਹਦੇ ਵਿੱਚ ਇਹ ਹੈ ਕਿ ਪੱਗ ਲਾਈ ਗਈ ਹੈ ਤੁਸੀਂ ਉਹਨਾਂ ਦੇ ਫੈਮਿਲੀ ਫੰਕਸ਼ਨ ਦੇ ਵਿੱਚ ਗਏ ਹੋ ਹਾਲਾਂਕਿ ਤੁਸੀਂ ਪ੍ਰੈਸ ਕਾਨਫਰੰਸ ਵੀ ਬਹੁਤ ਵਾਰ ਜ਼ਿਕਰ ਵੀ ਕਰ ਚੁੱਕੇ ਹੋਗੇ ਪਰ ਕੀ ਇਹਦੇ ਵਿੱਚ ਮੈਂ ਕਿਉਂਕਿ ਸਵਾਲ ਦੂਸਰੇ ਪੱਖ ਦਾ ਵੀ ਹੁੰਦਾ ਤਾਂ ਉਹ ਵੀ ਜ਼ਰੂਰ ਲੈਣਾ ਹੁੰਦਾ ਤਾਂ ਉਹਦੇ ਵੀਰ ਉਹਨਾਂ ਦੇ ਜਿਹੜੇ ਅਲੀਗੇਸ਼ਨਸ ਨੇ ਕਿ ਤੁਸੀਂ ਉਹਨਾਂ ਦੀ ਪੱਗ ਲਾਈ ਤੁਸੀਂ ਉੱਥੇ ਗਏ ਤੁਹਾਡੇ ਵੱਲੋਂ ਸਾਰਾ ਕੰਮ ਖਰਾਬ ਕੀਤਾ ਅਗਰ ਮੈਂ ਲੜਨ ਗਿਆ ਹੁੰਦਾ ਜੀ ਇਹ ਹੋ ਸਕਦਾ ਮੈਂ ਇਕੱਲਾ ਹੀ ਐਂਡ ਤੱਕ ਲੜਦਾ ਰਹਿੰਦਾ ਮੇਰੇ ਦੋਸਤ ਵੀ ਆਪਣੇ ਪਰਿਵਾਰ ਦੇ ਨਾਲ ਆਪਣੀਆਂ ਸਿਸਟਰਸ ਦੇ ਨਾਲ ਸੀਗੇ ਜੀ ਤੁਸੀਂ ਤੁਹਾਡੇ ਨਾਲ ਵੀ ਸਿਸਟਰਸ ਦੇ ਫੈਮਲੀ ਸੀ ਬਿਲਕੁਲ ਜੀ ਮੇਰੇ ਦੋਸਤ ਵੀ ਆਪਣੀਆਂ ਸਿਸਟਰਸ ਦੇ ਨਾਲ ਸੀਗੇ ਉਹਨਾਂ ਦਾ ਟੇਬਲ ਸੈਪਰੇਟ ਸੀਗਾ ਸਾਡੇ ਟੇਬਲ ਦੇ ਬਿਲਕੁਲ ਨਾਲ ਅਗਰ ਮੈਂ ਵਾਸ਼ਰੂਮ ਚ ਲੜਨ ਗਿਆ ਹੁੰਦਾ ਮੈਨੂੰ ਤਾਂ ਪਤਾ ਤੱਕ ਨਹੀਂ ਸੀ ਜੀ ਇਹ ਵਾਸ਼ਰੂਮ ਚ ਅਗਰ ਮੈਂ ਉੱਥੇ ਲੜਨ ਗਿਆ ਹੁੰਦਾ ਮੈਂ ਆਪਣੇ ਦੋਸਤਾਂ ਨੂੰ ਨਾ ਜਾ ਕੇ ਦੱਸਦਾ ਵੀ ਮੇਰਾ ਸਾਥ ਦਿਓ ਮੈਂ ਉਹਦੇ ਨਾਲ ਲੜਨ ਜਾ ਰਿਹਾ ਕੀ ਮੈਂ ਛਤਰਖਾਨ ਦੇ ਵਾਸਤੇ ਲੜਨ ਜਾਣਾ ਸੀਗਾ ਜੀ ਇਹ ਬਿਲਕੁਲ ਨਾਲੇ ਪੱਗ ਦੀ ਗੱਲ ਹੈ ਜੀ ਪੱਗ ਦੀ ਬੇਅਦਬੀ ਮੈਂ ਨਹੀਂ ਕੀਤੀ ਪੱਗ ਦੀ ਬੇਅਦਬੀ ਇਸ ਇਨਸਾਨ ਨੇ ਸਾਨੂੰ ਤਾਂ ਜੀ ਸਾਡਾ ਧਰਮ ਇਹ ਸਿਖਾਉਂਦਾ ਜ਼ੁਲਮ ਨਹੀਂ ਸਹਿਣਾ ਮੈਂ ਇਹਦੀ ਕੁੱਟ ਨਹੀਂ ਸਹੀ ਜੀ ਮੈਂ ਅੱਗੋਂ ਰਿਵਰਟ ਕੀਤਾ ਉਸ ਦੇ ਦੌਰਾਨ ਜੀ ਪੱਗ ਉੱਤਰ ਗਈ ਮੇਰੇ ਇੰਨੀਆਂ ਸਟਾਂ ਲੱਗ ਸਕਦੀਆਂ ਜੀ ਤਾਂ ਪੱਗ ਵੀ ਤਾਂ ਉੱਤਰ ਸਕਦੀ ਆ ਉਸ ਦੇ ਤੇ ਇਹਨਾਂ ਨੇ ਪੱਗ ਦੀ ਕੀ ਮਰਿਆਦਾ ਰੱਖੀ ਜੀ ਸਾਨੂੰ ਧਰਮ ਇਹ ਸਿਖਾਉਂਦਾ ਵੀ ਕੱਲੇ ਬੰਦੇ ਤੇ ਇੰਨਾ ਜ਼ੁਲਮ ਕੀਤਾ ਜਾਵੇ ਕੀ ਇਹਨਾਂ ਨੇ ਪੱਗ ਦੀ ਮਰਿਆਦਾ ਰੱਖੀ ਮੈਂ ਤਾਂ ਕਹਿਣਾ ਜੀ ਐਸੇ ਲੀਡਰਾਂ ਨੂੰ ਜੋ ਇੰਨੀ ਗੁੰਡਾਗਰਦੀ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਜਿਹੜੇ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦੇ ਆਪਾਂ ਨੂੰ ਸਮਝ ਲੈਣਾ ਚਾਹੀਦਾ ਜੀ ਕਿ ਇਹ ਲੀਡਰ ਕਲਹੋਂ ਦੇ ਲਾਇਕ ਹੀ ਨਹੀਂਗੇ ਜੀ ਇੱਕ ਸਪੈਸੀਫਿਕੇਸ਼ਨ ਦੱਸ ਦੇਣ ਇੱਕ ਗੁਣ ਦੱਸ ਦੇਣ ਜਿਹੜਾ ਇਹਨਾਂ ਦੇ ਵਿੱਚ ਹੈ ਸਮਾਜ ਪ੍ਰਤੀ ਜੋ ਇਹਨਾਂ ਦੇ ਵਿੱਚ ਦਰਦ ਹੈ ਕੀ ਸਪੈਸੀਫਿਕੇਸ਼ਨ ਹੈ ਜੀ ਕਿਸ ਕਾਰਨ ਆਪਾਂ ਇਹਨਾਂ ਨੂੰ ਲੀਡਰ ਮੰਨਗੇ ਇੱਕ ਕੁੱਟਖਾਨ ਦੇ ਕਾਰਨ ਆਪਾਂ ਇਹਨਾਂ ਨੂੰ ਲੀਡਰ ਮੰਨਗੇ ਤਾਂ ਬहोत ਗੱਲ ਬਦਲੀ ਤਾਂ ਬहोत बहोत मेहरबानी जी ਨਰਵੀਰ ਗਿੱਲ ਜਿਹੜੇ ਕਿ ਅੱਜ ਪ੍ਰੈਸ ਕਾਨਫਰੈਂਸ ਕਰਨ ਤੋਂ ਬਾਅਦ ਇਹ ਵੱਡੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੇ ਇੱਥੇ ਦੇ ਲੋਕ ਮਹਫੂਜ਼ ਨਹੀਂ ਹਨ ਜੇ ਲੋਕਾਂ ਦੇ ਨਾਲ ਇਸ ਤਰੀਕੇ ਦੇ ਨਾਲ ਲੀਡਰ ਤਸ਼ੱਦਦ ਕਰਨਗੇ ਤਾਂ ਆਮ ਲੋਕਾਂ ਦਾ ਕੀ ਹੋਊਗਾ ਇਹ ਤਾਂ ਕਹਿੰਦੇ ਕਿ ਮੈਂ ਡਰਨ ਵਾਲਾ ਨਹੀਂ ਹਾਂ ਮੈਂ ਕਿਸੇ ਵੀ ਤਰੀਕੇ ਦਾ ਜ਼ੁਲਮ ਸਹਿਣ ਵਾਲਾ ਨਹੀਂ ਹਾਂ ਇਸ ਕਰਕੇ ਮੈਂ ਗੱਲ ਕਰ ਰਿਹਾ ਇਸ ਕਰਕੇ ਮੈਂ ਬੋਲ ਰਿਹਾ ਪਰ ਉਹਨਾਂ ਲੋਕਾਂ ਦਾ ਕੀ ਜਿਨ੍ਹਾਂ ਦੇ ਉੱਤੇ ਅਜਿਹਾ ਜ਼ੁਲਮ ਕਈ ਵਾਰ ਕਈ ਲੀਡਰਾਂ ਨੇ ਟਾਇਆ ਹੈ 90% ਦਵਿੰਦਰਾਂ ਦਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ